ਪੰਜਾਬ ਦੇ ਵਿੱਚ ਆਉਂਦੇ ਦਿਨਾਂ 'ਚ ਮੌਸਮ ਖਰਾਬ ਹੋ ਸਕਦਾ ਹੈ। ਇਹ ਭਵਿੱਖਬਾਣੀ ਕੀਤੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ, ਜਿਸ ਦੇ ਮੁਤਾਬਿਕ ਸ਼ਨੀਵਾਰ ਤੇ ਐਤਵਾਰ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਪੈ ਸਕਦਾ ਹੈ, ਜਿਸ ਨਾਲ ਘੱਟੋ ਘੱਟ ਪਾਰੇ ਵਿੱਚ ਗਿਰਾਵਟ ਆਵੇਗੀ ਅਤੇ ਧੁੰਦ ਤੇ ਕੋਹਰੇ ਦਾ ਅਸਰ ਵਧੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਵਿਭਾਗ ਦੀ ਮੁਖੀ ਡਾਕਟਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਮੀਂਹ ਦੀ ਸੰਭਾਵਨਾ ਹੈ ਅਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਇਹ ਮੀਂਹ ਵੇਖਣ ਨੂੰ ਮਿਲੇਗਾ, ਜਿਸ ਨਾਲ ਜਿੱਥੇ ਘੱਟੋ ਘੱਟ ਦੇ ਪਾਰੇ ਵਿੱਚ ਗਿਰਾਵਟ ਦਰਜ ਹੋਵੇਗੀ ਉੱਥੇ ਹੀ ਸੂਬਾ ਵਾਸੀਆਂ ਨੂੰ ਧੁੰਦ ਅਤੇ ਕੋਹਰੇ ਦਾ ਸਾਹਮਣਾ ਕਰਨਾ ਪਵੇਗਾ। ਡਾਕਟਰ ਪ੍ਰਭਜੋਤ ਕੌਰ ਨੇ ਕਿਹਾ ਕਿ ਹਾਲਾਂ 2 ਦਿਨ ਤੱਕ ਮੌਸਮ ਸਾਫ਼ ਰਹੇਗਾ, ਪਰ ਉਸ ਤੋਂ ਬਾਅਦ ਮੀਂਹ ਪੈਣ ਨਾਲ ਠੰਡ ਹੋਰ ਵਧੇਗੀ। ਉਹਨਾਂ ਦੱਸੇ ਕਿ ਹੁਣ ਤੱਕ ਦਸੰਬਰ ਦੇ ਵਿੱਚ ਰਿਕਾਰਡ ਤੋੜ ਠੰਡ ਪਈ ਹੈ ਅਤੇ ਵੱਧ ਤੋਂ ਵੱਧ ਪਾਰੇ ਦੇ ਵਿੱਚ ਗਿਰਾਵਟ ਵੇਖਣ ਨੂੰ ਮਿਲੀ ਸੀ, ਪਰ ਹੁਣ ਮੀਂਹ ਪੈਣ ਤੋਂ ਬਾਅਦ ਘੱਟੋ ਘੱਟ ਪਾਰੇ ਦੇ ਵਿੱਚ ਗਿਰਾਵਟ ਵੇਖਣ ਨੂੰ ਮਿਲੇਗੀ। ਜਿਹੜੀ ਸਾਨੂੰ ਇੰਡੀਆ ਮੈਟਰੋਲੋਜੀਕਲ ਡਿਪਾਰਟਮੈਂਟ ਤੋਂ ਫੋਰਕਾਸਟ ਮਿਲੀ ਹੈ, ਉਹਦੇ ਅਕੋਰਡਿੰਗਲੀ ਫਿਲਹਾਲ ਤਾਂ ਕਲੀਅਰ ਵੈਦਰ ਹੈ, ਪਰ ਸੈਟਰਡੇ ਸੰਡੇ ਤੋਂ, ਸ਼ਨੀਵਾਰ ਐਤਵਾਰ ਤੋਂ ਇੱਕ ਫਰੈਸ਼ ਵੈਸਟਰਨ ਡਿਸਟਰਬੈਂਸ ਦੀ ਪ੍ਰਡਿਕਸ਼ਨ ਹੈ। ਉਹਦੇ ਨਾਲ ਇਹ ਹੈ ਕਿ ਕਾਫੀ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਫੋਰਕਾਸਟ ਹੈ ਐਂਡ ਕਾਫੀ ਵਾਈਡ ਸਪਰੈਡ ਹੈ। ਇਹਦੇ 'ਚ ਗਰਜ ਚਮਕ ਦੇ ਨਾਲ ਛਿੱਟੇ ਪੈਣ ਦੀ ਅਤੇ ਕਿਤੇ ਕਿਤੇ ਲੋਅ ਟੈਂਪਰੇਚਰਸ ਦੀ ਵੀ ਫੋਰਕਾਸਟ ਹੈ। ਜਿਵੇਂ ਕਿ ਪਿਛਲੇ ਦਿਨੋਂ ਦਸੰਬਰ ਮਹੀਨੇ 'ਚ ਰਿਹਾ ਹੈ ਕਿ ਸਾਡੇ ਦਿਨ ਦੇ ਟੈਂਪਰੇਚਰਸ ਬਹੁਤ ਲੋਅ ਰਹੇ, ਪਰ ਜਿਹੜੇ ਰਾਤ ਦੇ ਮਿਨੀਮਮ ਟੈਂਪਰੇਚਰ ਜਿਨ੍ਹਾਂ ਨੂੰ ਕਹਿੰਦੇ ਹਾਂ ਉਹ ਕੰਪੈਰੇਟਿਵਲੀ ਹਾਇਰ ਰਹੇ। ਹੁਣ ਇਹ ਹੈ ਕਿ ਜਦੋਂ ਦਿਨ ਕਲੀਅਰ ਹੋਏਗਾ, ਫੋਗੀ ਵੈਦਰ ਇੱਕ ਤਾਂ ਹੋਏਗਾ ਅਤੇ ਦੂਸਰਾ ਜਿਹੜੇ ਮਿਨੀਮਮ ਟੈਂਪਰੇਚਰਸ ਨੇ ਉਹ ਲੋਅ ਰਹਿਣਗੇ ਐਂਡ ਇਹਦੇ ਨਾਲ ਫਰੋਸਟ ਦੀ ਕਾਫੀ ਚਾਂਸਿਸ ਹੈਗੇ ਆ। ਹਾਂਜੀ, ਧੁੰਦ ਵੀ ਅਤੇ ਨਾਲ ਦੇ ਨਾਲ ਕੋਹਰਾ ਵੀ ਜਿਹੜਾ ਹੈਗਾ ਉਹਦੀ ਵੀ ਫੋਰਕਾਸਟ ਹੈ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਨੈਸ਼ਨਲ 18 ਚੈਨਲ ਕੀ ਔਰ ਨਿਊਜ਼ ਦੇਖਣੇ ਕੇ ਲੀਏ ਸਬਸਕ੍ਰਾਈਬ ਕਰੇਂ ਔਰ ਬੈਲ ਆਈਕਨ ਕੋ ਪ੍ਰੈਸ ਕਰੇਂ।